ਸਤਿ ਸ਼੍ਰੀ ਅਕਾਲ, ਮੈਂ ਹਰਮਨ, ਦੈਨਿਕ ਸਵੇਰਾ 'ਚ ਤੁਹਾਡਾ ਸਵਾਗਤ ਹੈ। ਪਹਿਲਾਂ ਨਜ਼ਰ ਮਾਰਦੇ ਹਾਂ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ 'ਤੇ। ਬਠਿੰਡਾ 'ਚ ਜਾਇਦਾਦ ਦੇ ਵਿਵਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ। ਜਲੰਧਰ 'ਚ ਹੋਈਆਂ NRI ਸਭਾ ਦੀਆਂ ਚੋਣਾਂ 'ਤੇ ਵੀ ਦੇਖਣ ਨੂੰ ਮਿਲਿਆ ਕੋਰੋਨਾ ਵਾਇਰਸ ਦਾ ਅਸਰ। ਦੀਨਾਨਗਰ ਦੇ ਕਾਲਜ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ। ਅੰਗਹੀਣਾਂ ਦੇ ਸਰਟੀਫਿਕੇਟ ਬਣਾਉਣ ਲਈ ਜੈਤੋ 'ਚ ਲੱਗਾ ਕੈਂਪ ਵਿਵਾਦਾਂ 'ਚ ਘਿਰਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਬਠਿੰਡਾ 'ਚ ਜਾਇਦਾਦ ਦੇ ਝਗੜੇ ਨੂੰ ਲੈ ਕੇ ਵੱਡੇ ਭਰਾ ਨੇ ਛੋਟੇ ਭਰਾ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਦੇ ਨਵੀਂ ਬਸਤੀ ਦੇ ਵਿੱਚ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ। ਗੱਲਬਾਤ ਕੀ ਸੀਗੀ ਸਾਡੇ ਨਾਲ ਗੁਰਜੀਤ ਸਿੰਘ ਰਮਾਣਾ, DSP City 1 ਨੇ। ਸਰ, ਇਹ ਮਾਮਲਾ ਕੀ ਹੋਇਆ ਜਿਹੜਾ ਫਾਇਰਿੰਗ ਹੋਈ ਹੈ? ਇਹ ਘਰੇਲੂ ਡਿਸਪਿਊਟ ਹੈ ਜੀ ਇਹਨਾਂ ਦਾ, ਪ੍ਰੋਪਰਟੀ ਦਾ। ਉਸ 'ਚ ਦੋ ਸਕੇ ਭਰਾ ਨੇ, ਇਕੱਠੇ ਰਹਿੰਦੇ ਨੇ ਇੱਥੇ, ਮਤਲਬ ਇਹ ਐਡਜੋਇਨਿੰਗ ਹਾਊਸ ਦੇ ਵਿੱਚ ਰਹਿੰਦੇ ਨੇ, ਅਤੇ ਛੋਟੇ ਭਰਾ ਦੀ ਡੈਥ ਹੋਈ ਹੈ, ਵੱਡੇ ਭਰਾ ਨੇ ਉਹਦੇ ਗੋਲੀਆਂ ਮਾਰੀਆਂ ਹੈਗੀਆਂ ਜੀ। ਇਹਨਾਂ ਦੀ ਏਜ ਵਗੈਰਾ ਵੀ ਕਲੀਅਰ ਕਰ ਦਿਓ ਸਰ, ਕੀ ਹੈ? ਛੋਟੇ ਦੇ ਮਰਨ ਵਾਲੇ ਦੀ ਏਜ ਜਿਹੜੀ ਸੀਗੀ ਉਹ ਬੈਚੁਲਰ ਹੈਗਾ, 31 ਹੈ, ਔਰ ਮਾਰਿਆ ਜੀ ਨੇ ਉਹਦੀ ਉਮਰ 36 ਸਾਲ ਹੈ, ਮੈਰਿਡ ਹੈਗਾ। ਕਿੰਨੇ ਕੁ ਫਾਇਰ ਮਾਰੇ ਆ ਸਰ? ਜ਼ਿਆਦਾ ਤੌਰ 'ਤੇ ਲੱਗਦੇ ਵੀ 6 ਫਾਇਰ ਦੇ ਵਜੇ ਨੇ। ਇਹ ਸਰ ਪਤਾ ਲੱਗਿਆ ਕਿਹੜੀ ਗਨ ਸੀਗੀ ਜਿਹਦੇ ਨਾਲ ਫਾਇਰ ਹੋਇਆ? ਇਹ ਅਜੇ ਮੌਕਾ ਤੋਂ ਉਠਾ ਕੇ ਖੋਲ ਫਿਰ ਇਹਦਾ ਲੈਂਦੇ ਹਾਂ ਵੀ ਕਿਹੜਾ ਵੈਪਨ ਸੀਗਾ ਇਹ। ਮੁੱਢਲੀ ਜਾਂਚ 'ਚ ਪਤਾ ਲੱਗਿਆ ਸਰ ਕੀ ਰੀਜ਼ਨ ਕੀ ਹੈ ਮੇਜਰ ਜੀ ਦਾ? ਪ੍ਰੋਪਰਟੀ ਡਿਸਪਿਊਟ ਸੀ ਦੋਨੇ ਭਰਾਵਾਂ ਦਾ ਸਰ। ਇਹ ਇੱਕ ਨੇ ਫਾਇਰਿੰਗ ਕੀਤੀ ਹੈ ਸਰ ਕਿ ਦੋਵਾਂ ਨੇ ਆਪਸ ਦੇ ਵਿੱਚ ਸੁਣਨ 'ਚ ਆਇਆ ਇਸ ਤਰ੍ਹਾਂ? ਇਹ ਜਿਹੜਾ ਮੌਕੇ 'ਤੇ ਦੱਸਿਆ ਗਿਆ ਵੀ ਇੱਕ ਨੇ ਫਾਇਰਿੰਗ ਕੀਤੀ। ਹੁਣ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਹੈ? ਕੇਸ ਰਜਿਸਟਰ ਕਰਕੇ ਅਸੀਂ ਇਹਨੂੰ ਨੈਬ ਕਰ ਦਿੰਦੇ। ਤਾਂ ਇਹਨੇ ਗੁਰਜੀਤ ਸਿੰਘ ਰਮਾਣਾ, DSP City 1, ਜਿਹੜੇ ਮੌਕੇ 'ਤੇ ਪਹੁੰਚੇ ਹੈ, ਤਮਾਮ ਜਾਣਕਾਰੀ ਦਿੱਤੀ ਹੈ ਅਤੇ ਦੱਸ ਰਹੇ ਹੈ ਕਿ ਇੱਕ ਸਖੇ ਭਰਾ ਨੇ ਹੀ ਆਪਣੇ ਸਖੇ ਭਰਾ 'ਤੇ ਗੋਲੀਆਂ ਚਲਾਈਆਂ ਨੇ ਅਤੇ ਉਸਦੀ ਛੋਟੇ ਬ੍ਰਦਰ ਦੀ ਜਿਹੜੀ ਮੌਤ ਹੋ ਚੁੱਕੀ ਹੈ। ਅਤੇ ਹੁਣ ਜਿਹੜਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਕੈਮਰਾਮੈਨ ਮੁਕੁਲ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ TV, ਬਠਿੰਡਾ। ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਜਲੰਧਰ 'ਚ ਹੋਈਆਂ NRI ਸਭਾ ਦੀਆਂ ਚੋਣਾਂ 'ਚ ਵੀ ਦੇਖਣ ਨੂੰ ਮਿਲਿਆ। 5 ਸਾਲ ਬਾਅਦ ਹੋਈਆਂ NRI ਸਭਾ ਦੀਆਂ ਚੋਣਾਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਹੋਈ ਪੋਲਿੰਗ, ਪਰ ਨਵੇਂ ਬਣੇ ਪ੍ਰਧਾਨ ਨੇ ਦੱਸਿਆ ਕਿ ਇਸ ਦਾ ਵੱਡਾ ਕਾਰਨ ਕੋਰੋਨਾ ਵਾਇਰਸ ਦੇ ਨਾਲ ਨਾਲ ਚੋਣਾਂ ਦਾ ਦੇਰੀ ਨਾਲ ਹੋਣਾ ਵੀ ਹੈ। ਜਲੰਧਰ 'ਚ 5 ਸਾਲ ਬਾਅਦ ਪੰਜਾਬ ਦੀ NRI ਸਭਾ ਦੀ ਚੋਣ ਕਰਵਾਈ ਗਈ, ਜਿਸ ਉੱਤੇ ਕੋਰੋਨਾ ਵਾਇਰਸ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ। ਦੱਸ ਦਈਏ ਕਿ NRI ਸਭਾ ਦੇ ਕੁੱਲ 23,000 ਮੈਂਬਰ ਹਨ ਵੋਟ ਪਾਉਣ ਲਈ, ਜਿਨ੍ਹਾਂ 'ਚ ਸਿਰਫ 362 ਵੋਟਰ ਹੀ ਪਹੁੰਚੇ। ਜਦੋਂ ਸਿਰਫ 1.5% ਹੋਈ ਵੋਟ ਪੋਲ ਬਾਰੇ NRI ਸਭਾ ਦੇ ਨਵੇਂ ਬਣੇ ਪ੍ਰਧਾਨ ਕਿਰਪਾਲ ਸਿੰਘ ਸੋਤਾ ਅਤੇ ਆਏ ਹੋਏ ਵੋਟਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ, ਲਓ ਤੁਸੀਂ ਵੀ ਸੁਣੋ। ਮੇਨ ਕਾਰਨ ਦੱਸੇਗਾ ਜੋ ਕੋਰੋਨਾ ਵਾਇਰਸ, ਤਾਂ ਨੰਬਰ 2 ਹੈ ਕਿ ਜਿਹੜੀ ਇਲੈਕਸ਼ਨ ਵੀ ਹੈ ਨਾ, ਥੋੜ੍ਹੀ ਡਿਲੇ ਹੋਈ ਆ, ਮਾਰਚ ਦੇ ਵਿੱਚ ਆ ਕੇ ਹੋਈ ਆ, ਨੋਰਮਲੀ ਇਹ ਜਨਵਰੀ ਜਾਂ ਅਰਲੀ ਫਰਵਰੀ 'ਚ ਹੁੰਦੀ ਆ, ਸੋ ਉਹਦੇ ਕਰਕੇ ਵੀ ਕੁਛ ਮੈਂ ਤੁਹਾਨੂੰ ਪਹਿਲਾਂ NRI ਭਰਾ ਸਭਾ ਤੋਂ ਨਾ ਕੁਛ 5 ਸਾਲ ਕੋਈ ਬਾਹਲੀ ਐਕਟੀਵਿਟੀ ਨਹੀਂ ਹੋਈ, ਸੋ ਉਹ ਵੀ ਥੋੜ੍ਹੇ ਪਿੱਛੇ ਹਟੇ ਹੋ ਸਕੇ ਸਭਾ ਦੇ ਨਾਲ, ਸੋ ਮੇਰੀ ਫਸਟ ਪ੍ਰਾਇਓਰਟੀ ਉਹਨਾਂ ਨੂੰ ਨਾਲ ਸਭਾ ਦੇ ਨਾਲ ਜੋੜੀਏ। ਕੋਰੋਨਾ ਵਾਇਰਸ ਦਾ ਡਰ ਵੀ ਹੈ, ਮੌਸਮ ਦਾ ਵੀ ਅੱਜ ਬਹੁਤ ਖਰਾਬੀ ਹੋਈ ਹੈ, ਬਾਕੀ ਪੂਰੀ ਐਡਵਰਟਾਈਜਮੈਂਟ ਨਹੀਂ ਹੋ ਪਾਈ ਹੈਗੀ, ਕਿਉਂਕਿ ਸਾਡਾ ਸਾਰਾ, ਮੈਂ NRI ਕਪੂਰਥਲਾ ਦਾ ਪ੍ਰੈਜ਼ੀਡੈਂਟ ਹਾਂ, ਅਤੇ ਅਸੀਂ, ਸਾਡੀ ਕੋਸ਼ਿਸ਼ ਸੀ ਵੀ ਅਸੀਂ ਸਰਸੰਮਤੀ ਨਾਲ ਕਰਾਈਏ, ਸਾਡੇ ਆਪਣੀ ਫੈਮਿਲੀ ਜਿਹੜੀ ਉਹ ਕੋਰੋਨਾ ਵਾਇਰਸ ਕਰਕੇ ਜਲਦੀ ਵਾਪਸ ਚੱਲ ਗਈ, ਵੋਟਾਂ ਵੀ ਨਹੀਂ ਪਾ ਕੇ ਗਏ, ਇਸ ਕਰਕੇ ਪਿੱਛੋਂ ਬਾਹਰੋਂ ਵੀ ਉਹਨਾਂ ਨੂੰ ਮੈਸੇਜ ਆ ਰਹੇ ਸੀ ਵੀ ਉਸ ਦਾ ਏਅਰਪੋਰਟ ਬੰਦ ਕਰ ਦੇਣ ਅਮੈਰੀਕਾ ਦੇ, ਸਾਡੇ ਅਮੈਰੀਕਾ ਤੋਂ ਕਾਫੀ ਫੈਮਿਲੀ ਆਈਆਂ ਸੀਗੀਆਂ ਵੀ ਤੋਂ ਏਅਰਪੋਰਟ ਬੰਦ ਕਰ ਰਹੇ ਆ ਟਰੰਪ ਵਗੈਰਾ ਸਾਰੇ, ਅਤੇ ਤੁਸੀਂ ਜਲਦੀ ਵਾਪਸ ਆ ਜਾਓ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਲੋਕ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਤੋਂ ਡਰ ਰਹੇ ਨੇ। ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ। ਦੀਨਾਨਗਰ ਦੇ ਕਾਲਜ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ 'ਚ ਦੇਸ਼ ਵਿਦੇਸ਼ ਤੋਂ ਬੁੱਧੀਜੀਵੀ ਔਰਤਾਂ ਨੇ ਭਾਗ ਲਿਆ ਤੇ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਦੀਨਾਨਗਰ ਦੇ ਸ਼ਾਂਤੀ ਦੇਵੀ ਮਹਿਲਾ ਕਾਲਜ 'ਚ ਮਹਿਲਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ 'ਚ ਅਮਰੀਕਾ, ਕੈਨੇਡਾ, ਨਾਰਵੇ ਤੋਂ ਆਈਆਂ ਮਹਿਲਾਵਾਂ ਅਤੇ ਯੂਨੀਵਰਸਿਟੀਆਂ ਤੋਂ ਆਏ ਬੁੱਧੀਜੀਵੀ ਲੋਕਾਂ ਨੇ ਭਾਗ ਲਿਆ। ਇਸ ਦੌਰਾਨ ਮਹਿਲਾਵਾਂ ਦੇ ਹਾਲਾਤਾਂ ਤੇ ਚਰਚਾ ਕੀਤੀ ਗਈ ਅਤੇ ਇਸ ਮੌਕੇ ਪ੍ਰਿੰਸੀਪਲ ਰਤਨਾ ਸ਼ਰਮਾ ਨੇ ਕਿਹਾ ਕਿ ਸੈਮੀਨਾਰ ਦਾ ਉਦੇਸ਼ ਪੁਰਸ਼ ਅਤੇ ਮਹਿਲਾਵਾਂ 'ਚ ਭੇਦਭਾਵ ਨੂੰ ਖਤਮ ਕਰਨਾ ਹੈ।
ਇਹ ਜਿਹੜਾ ਅੱਜ ਦਾ ਦਿਨ ਹੈ ਇਹ ਇੰਪੋਰਟੈਂਟ ਇਸ ਕਰਕੇ ਹੈ ਕਿ ਘੱਟੋ ਘੱਟ ਇਸ ਦਿਨ ਅਸੀਂ ਬੈਠ ਕੇ ਨਿਰੀਖਣ ਕਰੀਏ ਕਿ ਅਸੀਂ ਕੀ ਖੋਇਆ ਕੀ ਪਾਇਆ। ਜਿਸ ਤਰ੍ਹਾਂ ਹਿੰਦੁਸਤਾਨ ਦੇ ਸੰਦਰਭ ਵਿੱਚ ਜਾਂ ਪੰਜਾਬ ਦੇ ਸੰਦਰਭ 'ਚ ਗੱਲ ਕਰੀਏ ਅਸੀਂ ਕਿ ਵਿਧਵਾ ਵਿਆਹ ਕਿਸੇ ਸਮੇਂ ਬਹੁਤ ਜ਼ਿਆਦਾ ਬੁਰਾ ਮੰਨਿਆ ਜਾਂਦਾ ਸੀ, ਬਾਲ ਵਿਆਹ ਦੀ ਸੀ, ਹੁਣ ਉਹ ਆਲਮੋਸਟ ਜਿਹੜਾ ਹੈ ਖਤਮ ਹੋ ਚੁੱਕਿਆ। ਇਸੇ ਤਰੀਕੇ ਨਾਲ ਹੀ ਹੋਰ ਬਹੁਤ ਸਾਰੀਆਂ ਔਰਤਾਂ ਦੇ ਰਿਗਾਰਡਿੰਗ ਜਿਹੜੀਆਂ ਗੱਲਾਂ ਨੇ, ਜਿਵੇਂ ਸਾਡੇ ਸਵਿਤਰੀ ਬਾਈ ਫੁੱਲੇ ਸੀ, ਉਹਨਾਂ ਨੇ ਜਿਹੜੀ ਸਾਡੀ 19ਵੀਂ ਸਦੀ ਦੇ ਅਖੀਰ ਦੇ ਵਿੱਚ ਔਰਤਾਂ ਦੇ ਲਈ ਐਜੂਕੇਸ਼ਨ ਦਾ ਪ੍ਰਬੰਧ ਕੀਤਾ। ਤਾਂ ਇਹ ਛੋਟੇ ਛੋਟੇ ਯਤਨ ਨੇ ਜਿਹੜੇ ਥੋੜ੍ਹੇ ਸਮੇਂ ਬਾਅਦ ਜਾ ਕੇ ਸਾਨੂੰ ਉਹਨਾਂ ਦੇ ਰਿਜ਼ਲਟ ਮਿਲਦੇ ਨੇ। ਅਤੇ ਅੱਜ ਜਿਹੜਾ ਸਮਾਂ ਬਦਲਿਆ ਹੋਇਆ, ਅੱਜ ਜਿਹੜੀਆਂ ਔਰਤਾਂ ਨੇ ਉਹ ਕੇਵਲ ਘਰਾਂ 'ਚ ਬੰਦ ਹੋ ਕੇ ਨਹੀਂ ਰਹਿ ਸਕਦੀਆਂ, ਉਹਨਾਂ ਸਮਾਜ ਦੇ ਵਿੱਚ ਉਹਨਾਂ ਦਾ ਪੂਰਾ ਯੋਗਦਾਨ ਹੈ। ਗੁਰੂ ਸਾਹਿਬ ਨੇ ਬੜੇ ਸਾਲਾਂ ਪਹਿਲਾਂ ਕਹਿ ਤਾ ਸੀ ਵੀ ਸੋਕੇ ਵਿੱਚ ਜਿਵੇਂ ਰਾਜਾ ਕਈ ਇਲਾਕਿਆਂ 'ਚ ਹਾਲੇ ਵੀ ਔਰਤ ਨੂੰ ਬਹੁਤ ਬੁਰਾ ਸਮਝਿਆ ਜਾਂਦਾ, ਹਾਲਾਂਕਿ ਸਾਡੀਆਂ ਸਰਕਾਰਾਂ ਬਹੁਤ ਕੁਛ ਕਰ ਰਹੀਆਂ। ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖਿਆ 33% ਦੀ ਰਾਖਵਾਂਕਰਨ ਜਿਹੜਾ ਚੱਲ ਰਿਹਾ, ਉਹ ਪਾਰਲੀਮੈਂਟ 'ਚ ਭਾਵੇਂ ਨਹੀਂ ਹੋਇਆ, ਸਾਡੀਆਂ ਲੋਕਲ ਬੋਡੀਜ਼ 33% ਜਿੰਨੇ ਵੀ ਕਾਰਪੋਰੇਸ਼ਨਾਂ ਨੇ, ਜਿੰਨੇ ਵੀ ਕਮੇਟੀਆਂ ਨੇ, ਉੱਥੇ 33% ਦੀ ਔਰਤਾਂ ਨੇ। ਪਰ ਸਮੱਸਿਆ ਹਾਲੇ ਵੀ ਉੱਥੇ ਦੀ ਉੱਥੇ ਖੜ੍ਹੀ ਹੈ। ਉਹਨਾਂ ਔਰਤਾਂ ਨੂੰ ਚੁਣ ਲਿਆ ਗਿਆ, ਪਰ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਕੋਈ ਸਮਾਗਮ ਹੁੰਦਾ, ਕੋਈ ਫੰਕਸ਼ਨ ਹੁੰਦਾ, ਇਹਨਾਂ ਦੀ ਆਪਣੀਆਂ ਮੀਟਿੰਗਸ ਹੁੰਦੀਆਂ, ਉੱਥੇ ਉਹ ਨਹੀਂ ਜਾਂਦੀਆਂ, ਉਹਨਾਂ ਦੇ ਪਤੀ ਕੰਮ ਕਰਦੇ ਆ। ਮਤਲਬ ਹਾਲੇ ਵੀ ਲੱਗਦਾ ਕਿ ਔਰਤਾਂ ਨੂੰ ਦਬਾਇਆ ਗਿਆ ਜਾਂ ਔਰਤਾਂ ਆਪਣਾ ਹੱਕ ਨਹੀਂ ਲੈ। ਉੱਥੇ ਹੀ ਇਸ ਮੌਕੇ ਕੈਨੇਡਾ ਤੋਂ ਆਈ ਸੁਰਜੀਤ ਕੌਰ ਨੇ ਕਿਹਾ ਕਿ ਪੁਰਸ਼ ਅਤੇ ਮਹਿਲਾਵਾਂ 'ਚ ਭੇਦਭਾਵ ਨੂੰ ਖਤਮ ਕਰਨ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ। ਸਵੇਰਾ ਟਾਈਮਸ ਲਈ ਦੀਨਾਨਗਰ ਤੋਂ ਕੀਮਤੀ ਲਾਲ ਦੀ ਰਿਪੋਰਟ। ਅੰਗਹੀਣਾਂ ਦੇ ਸਰਟੀਫਿਕੇਟ ਬਣਾਉਣ ਲਈ ਜੈਤੋ 'ਚ ਲੱਗਿਆ ਕੈਂਪ ਵਿਵਾਦਾਂ 'ਚ ਘਿਰਦਾ ਜਾ ਰਿਹਾ। ਸਰਟੀਫਿਕੇਟ ਬਣਾਉਣ ਆਏ ਅੰਗਹੀਣ ਵਿਅਕਤੀਆਂ ਨੇ ਦੋਸ਼ ਲਗਾਇਆ ਕਿ ਉਹਨਾਂ ਦੀ ਖੱਜਲ ਖੁਆਰੀ ਹੋਈ ਹੈ ਅਤੇ ਸਰਟੀਫਿਕੇਟ ਵੀ ਨਹੀਂ ਬਣੇ। ਉਹਨਾਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਦੁਬਾਰਾ ਕੈਂਪ ਲਗਾ ਕੇ ਉਹਨਾਂ ਦੇ ਸਰਟੀਫਿਕੇਟ ਬਣਾਏ ਜਾਣ। ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਸਬੰਧਤ ਅਫਸਰਾਂ ਵੱਲੋਂ ਅਪਾਹਜਾਂ ਲਈ ਸਿਵਲ ਹਸਪਤਾਲ ਜੈਤੋਂ ਵਿਖੇ ਵਿਸ਼ਾਲ ਕੈਂਪ ਲਗਾਇਆ ਗਿਆ, ਜਿਸ 'ਚ ਅਪਾਹਜਾਂ ਦੀ ਜਾਂਚ ਕਰ ਉਹਨਾਂ ਦੇ ਸਰਟੀਫਿਕੇਟ ਬਣਾਏ ਗਏ। ਪਰ ਇਸ ਮੌਕੇ ਜ਼ਿਆਦਾਤਰ ਅਪਾਹਜਾਂ ਦੇ ਸਰਟੀਫਿਕੇਟ ਨਾ ਬਣਨ 'ਤੇ ਲੋਕਾਂ 'ਚ ਭਾਰੀ ਨਿਰਾਸ਼ਾ ਪਾਈ ਗਈ। ਕੈਂਪ ਵਿੱਚ ਆਏ ਅਪਾਹਜਾਂ ਨੇ ਕਿਹਾ ਕਿ ਸਾਨੂੰ ਕੈਂਪ 'ਚ ਬੁਲਾ ਕੇ ਖੱਜਲ ਖੁਆਰ ਕੀਤਾ ਗਿਆ ਹੈ ਅਤੇ ਬਾਹਰੋਂ ਫਿੰਗਰ ਪ੍ਰਿੰਟ ਸਹੀ ਕਰਵਾਉਣ ਦੇ ਬਾਵਜੂਦ ਵੀ ਸਾਡੇ ਸਰਟੀਫਿਕੇਟ ਨਹੀਂ ਬਣਾਏ ਗਏ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ, ਸਮੇਂ ਤੋਂ ਪਹਿਲਾਂ ਹੀ ਕਰਮਚਾਰੀਆਂ ਵੱਲੋਂ ਕੈਂਪ ਸਮਾਪਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕੈਂਪ 'ਚ ਆਏ ਕਰਮਚਾਰੀਆਂ ਨੇ ਉਹਨਾਂ ਨਾਲ ਮਾੜਾ ਵਤੀਰਾ ਵੀ ਕੀਤਾ। ਚਾਹਾਂਗੇ ਕਿ ਅਸੀਂ ਇੱਥੇ ਡੀ ਸੀ ਸਾਹਿਬ ਨੇ ਕੈਂਪ ਲਵਾਇਆ ਸੀਗਾ ਜੀ, ਸਾਨੂੰ ਉਹਨਾਂ ਤੋਂ ਬਹੁਤ ਆਸਾਂ ਸੀਗੀਆਂ ਕਿਉਂਕਿ ਬਹੁਤ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ। ਅਸੀਂ ਇੱਥੇ ਕੈਂਪ ਲਵਾਇਆ ਜੀ ਹੈਂਡੀਕੈਪਟਾਂ ਨੂੰ ਸਰਟੀਫਿਕੇਟ ਦਵਾਉਣ ਵਾਸਤੇ, ਅਤੇ ਜਦੋਂ ਸਵੇਰੇ ਅਸੀਂ ਇੱਥੇ ਕੈਂਪ ਲੱਗਿਆ ਜੀ ਅਤੇ ਆਉਣ ਸਾਰੇ ਇਹਨਾਂ ਨੂੰ ਸੁਣਨਾ ਪਿਆ ਜੀ ਸਾਡੇ ਹੈਂਡੀਕੈਪਟ ਮੇਰੇ ਭੈਣ ਭਰਾਵਾਂ ਨੂੰ ਕਿ ਪਹਿਲਾਂ ਤਾਂ ਬਾਹਰੋਂ ਫਾਰਮ ਲੈ ਕੇ ਆਓ ਜੀ, ਤੁਸੀਂ ਫੋਟੋ ਕਾਪੀ ਕਰਵਾ ਕੇ ਉਸ ਤੋਂ ਬਾਅਦ ਬਾਹਰੋਂ ਲਿੰਕ ਕਰਵਾ ਕੇ ਲਿਆਓ ਸੁਵਿਧਾ ਕੇਂਦਰ 'ਚੋਂ। ਸੁਵਿਧਾ ਕੇਂਦਰ ਦੂਰ ਹੋਣ ਕਰਕੇ ਇੱਥੇ ਦੁਕਾਨਾਂ ਤੋਂ ਹੈਂਡੀਕੈਪਟ ਰੁੜ ਰੁੜ ਕੇ ਗਏ ਜੀ, ਮੀਂਹ ਪੈਂਦੇ ਦੇ ਵਿੱਚ ਰੁੜ ਕੇ ਗਏ, ਫਿਰ ਰੁੜ ਕੇ ਵਾਪਸ ਆਏ ਜੀ। ਅੱਛਾ, ਉੱਥੇ ਜਦੋਂ ਉਹਨਾਂ ਤੋਂ ਲਿੰਕ ਕਰਵਾ ਕੇ ਲਿਆਂਦਾ ਤਾਂ 50 ਰੁਪਏ ਦੁਕਾਨਾਂ ਵਾਲਿਆਂ ਨੇ ਲਏ ਜੀ, ਅਤੇ ਕਈ ਹੈਂਡੀਕੈਪਟ ਇਹੋ ਜਿਹੇ ਸੀ ਉਹਨਾਂ ਕੋਲ ਕਿਰਾਏ ਵਾਸਤੇ ਪੈਸੇ ਵੀ ਨਹੀਂ ਸੀ, ਪੈਸੇ ਦੇ ਕੇ ਫਿਰ ਵੀ ਵਿਚਾਰੇ ਰੁੜ ਕੇ ਉੱਥੇ ਗਏ ਜੀ। ਸਾਡੀ ਇਹੀ ਮੰਗ ਆ ਕਿ ਇੱਥੇ ਕੈਂਪ ਲਾਉਣ ਦਾ ਫਾਇਦਾ ਕੀ ਹੋਇਆ ਜੇ ਬਾਜ਼ਾਰ ਦੇ ਵਿੱਚ ਦੁਕਾਨਾਂ ਦੀ ਧੱਕੇ ਖਾਣੇ ਸੀ, ਤਾਂ ਅਸੀਂ ਫਿਰ ਡੀ ਸੀ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਕੈਂਪ ਲਾਇਆ ਜਾਵੇ, ਫਰੀ ਆਫ ਕੋਸਟ ਲਾਇਆ ਜਾਵੇ ਅਤੇ ਇੱਥੇ ਯੋਗ ਪ੍ਰਬੰਧ ਕੀਤੇ ਜਾਣ। ਇੱਥੇ ਚਾਹ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ, ਜੈਤੋ ਵਾਲੇ ਸਟਾਫ ਵੱਲੋਂ ਵੀ ਸਾਨੂੰ ਕੋਈ ਵੀ ਸੁਵਿਧਾ ਵਧੀਆ ਢੰਗ ਦੇ ਨਾਲ ਉਪਲਬਧ ਨਹੀਂ ਕੀਤੀ ਗਈ, ਸਾਨੂੰ ਡੀਲ ਵੀ ਚੰਗੇ ਤਰੀਕੇ ਨਾਲ ਨਹੀਂ ਕੀਤਾ ਗਿਆ। ਦਿੱਕਤ ਜੀ ਮੇਰੇ ਭੈਣ ਭਰਾਵਾਂ ਨੇ, ਇਹਨਾਂ ਨੇ 28 ਤਰੀਕ ਤੋਂ ਜਿਹੜਾ ਕੋਟਕਪੂਰੇ ਕੈਂਪ ਲੱਗਿਆ ਸੀ ਉਹਦੇ 'ਚ ਜਿਨ੍ਹਾਂ ਦਾ ਕੁਛ ਰਹਿ ਗਿਆ ਸੀ ਉਹਨਾਂ ਨੂੰ ਆਸ ਮੀਤ ਸੀ ਵੀ ਜੈਤੋ 6 ਤਰੀਕ ਨੂੰ ਕੈਂਪ ਲੱਗਣਾ, ਅਸੀਂ ਉੱਥੇ ਜਾ ਕੇ ਆਪਦਾ ਜਿਹੜਾ ਕੋਈ ਕੰਮ ਰਹਿੰਦਾ ਉਹ ਅਸੀਂ ਕਰਵਾ ਲਾਂਗੇ। ਲੇਕਿਨ ਜਿਹੜਾ ਉਹ ਕੋਟਕਪੂਰੀ ਉਹਨਾਂ ਨਾਲ ਜਿੰਨਾ ਜਿਵੇਂ ਹੋਇਆ ਉਦੋਂ ਜ਼ਿਆਦਾ ਸਗੋਂ ਇੱਥੇ ਆ ਕੇ ਖਰਾਬ ਹੋਏ ਆ, ਕਿਸੇ ਦਾ ਕੋਈ ਕੰਮ ਨਹੀਂ ਹੋਇਆ, ਉਵੇਂ ਹੀ ਜਿਵੇਂ ਕਿਰਾਇਆ ਭਾੜਾ ਲਾ ਕੇ ਵਿਚਾਰੇ ਵਾਪਸ ਚਲੇ ਗਏ ਹੈ। ਹੈਂ 100-150 ਰੁਪਏ ਜਿਹੜੇ ਨਾਲ ਲੈ ਕੇ ਆਏ ਸੀ ਉਹ ਬਾਹਰ ਉਹਨਾਂ ਨੇ ਕਹਿ ਰਹੇ ਸੀ ਫਾਰਮਾਂ ਦੀ ਭਾਈ ਫੋਟੋਸਟੇਟ ਕਰਵਾ ਕੇ ਲਿਆਓ, ਉਹਨਾਂ ਤੋਂ ਕੋਈ ਉਹਨਾਂ ਦੇ ਪੱਲੇ ਨਹੀਂ ਪਈ ਗੱਲ। ਲੋਕਾਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਕਰਦੇ ਹੋਏ ਕਿਹਾ ਕਿ ਜੇ ਕੈਂਪ 'ਚ ਵਿਕਲਾਂਗਾਂ ਨੂੰ ਖੱਜਲ ਖੁਆਰ ਕਰਨਾ ਹੈ ਤਾਂ ਇਸ ਤਰ੍ਹਾਂ ਦੇ ਕੈਂਪ ਨਾ ਲਾਏ ਜਾਣ। ਹੁਣ ਦੇਖਣਾ ਇਹ ਹੈ ਕਿ ਮਾੜਾ ਵਤੀਰਾ ਕਰਨ ਵਾਲੇ ਕਰਮਚਾਰੀਆਂ ਤੇ ਡਿਪਟੀ ਕਮਿਸ਼ਨਰ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ। ਸਵੇਰਾ ਟਾਈਮਸ ਲਈ ਜੈਤੋ ਤੋਂ ਵਿਪਨ ਗੋਇਲ ਦੀ ਰਿਪੋਰਟ। ਸ਼ਾਮ 84 ਤੋਂ ਹਰਿਆਣਾ ਕੁਠਾਰ ਆਦਿ ਕਸਬਿਆਂ ਨੂੰ ਜਾਂਦੀ ਸੜਕ ਦਾ ਪਿਛਲੇ 10 ਸਾਲਾਂ ਤੋਂ ਬੁਰਾ ਹਾਲ ਹੈ। ਹਲਕਾ ਵਿਧਾਇਕ ਪਵਨ ਕੁਮਾਰ ਆਦਿਆਂ ਵੱਲੋਂ ਇਸ ਸੜਕ ਦੀ ਉਸਾਰੀ ਦਾ ਉਦਘਾਟਨ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਸੜਕ ਤੇ 14 ਕਰੋੜ ਰੁਪਏ ਦਾ ਖਰਚ ਆਵੇਗਾ, ਜਿਸ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਮਿਲੇਗਾ।
कठार तो हरियाणा तक वाया शाम 84 जाने वाली सड़क का उद्घाटन हलका विधायक पवन कुमार आदिया ने किया। एमएलए पवन कुमार आदिया ने दसिया कि इस सड़क से 14 करोड़ रुपए का खर्चा आएगा और इस दे नाल ही होर रुके काम भी जल्दी पूरे होंगे। 14 करोड़ रुपए की सड़क है जी, जिड़ी कि आप मंडियाला तो लैके शाम 84 तक, शाम 84 तो लैके हरियाणे तक जाएगी। दूसरा यदा हिस्सा जोड़ा है वह बुलोवाल तो लैके भोगपुर जा लगेगा जी। ये 14 करोड़ रुपए की सड़क है जी बन रही है। दूसरा अज सब तो जी वी खुशी की गल है, शाम 84 के काफ़ी लंबे समय तो अटकती आ रही थी सड़क, यह जी काफ़ी टुटी हुई। किन्ने साल बाद बनन लगी सड़क? ये तो मेरा ख्याल है भाई 10 साल बाद बनन लगी होनी है, 10-15 साल बाद। फिर एक ट्यूबवैल की डिमांड थी शाम 84 की, वह भी अब जो नींह पत्थर रख दिता जाएगा, काम वह स्टार्ट अच्छ करा दिता जाएगा। उस तो बाद प्रोजेक्ट शाम 84 के अंदर जो है घट्टो घट्ट 2 करोड़ रुपए की होर ग्रांट देवगा जी कि आम लोगों वास्ते होएगी, जी कि कारपोरेशन अपने जिथे लोगों का काम है नगर कौंसल वास्ते 2 करोड़ रुपए की ग्रांट होर देवगा। दस दईए कि करीब 10 साल तो इस सड़क की हालत बहुत माड़ी सी, शाम 84 हरियाणा दुशड़का कठार वाल जाते राहगीर इलाके के लोग मुश्किल नाल लंघ रहे सन। इन्ना ही नहीं, सड़क से टुटे होने कारण कई हादसे भी हो चुके ने। सवेरा टाइम्स लई शाम 84 तो दीपक मट्टू की रिपोर्ट। विधानसभा हलका पायल दे पिंड जरग दा एक गरीब परिवार लंबे समय तो घर बना के देन लई सरकारी दरबारे गुहार लगाउंदा आ रिहा, पर किसी भी सरकार ने उसकी बांह नहीं फड़ी। घर दे मुखी अंगहीन है, उसका पुत्र मजदूरी करके रोजी रोटी कमा रहा। पंजाब सरकार नू सत्ता च आए 3 साल हो गए ने, पर अजे भी आम जनता कोल मुढ़लियां सुविधावां दी घाट है। विधानसभा हलका पायल दे पिंड जरग च 55 साल दे पाल सिंह ना तो सही तरीके नाल पैरां तो चल पौंदे ने ते ना ही एक अख नाल देख सकदे ने। इन्ना ही नहीं, उन्हां दी दूजी अख दी रोशनी भी घट है। उन्हां दे 2 पुत्तर ने जो उन्हां दे पालन पोषण लई मजदूरी कर रहे ने। दस दईए कि परिवार पंजाब सरकार तो घर देण दी गुहार लगा रहा है। पाल सिंह है, ਇਹ ਜੇ ਹਾਲਾਤ ਤੁਹਾਡੇ ਘਰ ਦੇ ਕਦੋਂ ਤੋਂ ਨੇ? ਕੋਈ 20 ਸਾਲਾਂ ਤੋਂ ਨਹੀਂ, ਇੱਦਾਂ ਹੀ ਆ। ਹੁਣ ਜ਼ਿਆਦਾ ਹੋ ਗਏ ਕੁਛ, ਜਿੱਦਾਂ ਦੇ ਉਹ ਡੈਥ ਹੋਈ ਆ ਨੂੰਹ ਦੀ। ਕਦੋਂ ਕੁ ਡੈਥ ਹੋਈ ਤੁਹਾਡੀ ਨੂੰਹ ਦੀ? 1.5 ਸਾਲ ਹੋ ਗਿਆ ਜੀ। ਕੀ ਕਾਰਨ ਸੀ ਡੈਥ ਹੋਣ ਦਾ ਉਹਨਾਂ ਦਾ? ਉਹਨਾਂ ਨੂੰ ਕਈ ਬਿਮਾਰੀਆਂ ਨੇ, ਕੈਂਸਰ ਕੁੰਸਰ ਹੈ ਜਾਂ ਕੁਛ, TB ਵਿੱਚ ਹੀ ਹੈ। ਅਤੇ ਸਰਕਾਰ ਨੇ ਕੋਈ ਸਾਰ ਨਹੀਂ ਲਿੱਤੀ ਤੁਹਾਡੇ ਪਰਿਵਾਰ ਦੀ? ਨਾ ਜੀ, ਕਿਸੇ ਨੂੰ ਨਹੀਂ ਪੁੱਛਿਆ ਅੱਜ ਤੱਕ। ਛੱਤ ਕਦੋਂ ਤੋਂ ਨਹੀਂ ਲੱਗੀ? ਇਹ ਤਾਂ ਖਾਸ ਚਿਰ ਤੋਂ ਨਾ, ਇਹ ਤਾਂ ਪਹਿਲਾਂ ਹੁੰਦੀ ਸੀ, ਉਦੋਂ ਬਾਅਦ ਤਾਂ ਇਹ ਵੀ ਗਿਰ ਗਈ ਸੀ। ਅਤੇ ਕੋਈ ਸਰਕਾਰ ਨੇ ਫਾਰਮ ਭਰੇ ਤੁਹਾਡੇ ਕੋਲ? ਨਹੀਂ ਜੀ, ਇਹਦੇ ਬਾਰੇ ਨਹੀਂ ਕੀਤਾ ਕੁਛ ਵੀ। ਗਏ ਹੋ ਸਰਕਾਰੀ ਦਰਬਾਰੇ? ਹਾਂ ਜੀ, ਫਾਰਮ ਕਈ ਵਾਰੀ ਭਰਵਾਏ ਨੇ। ਉਹ ਅਸੀਂ ਆਪਣੇ ਵੱਲੋਂ ਜੀ ਫਾਈਲਾਂ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜਤੀਆਂ ਸੀਗੀਆਂ, ਪਾਲ ਸਿੰਘ ਦੇ ਮਕਾਨ ਦੀ ਵੀ ਅਤੇ ਹੋਰ ਵੀ ਕਈ ਲੋੜਵੰਦ ਸੀ ਜਿਨ੍ਹਾਂ ਦੇ ਮਕਾਨ ਗਿਰੇ ਹੋਏ ਸੀਗੇ, ਅਤੇ ਉਹ ਅਸੀਂ ਆਪਣੇ ਵੱਲੋਂ ਪੂਰੀ ਮੁਕੰਮਲ ਕਰਕੇ ਉੱਚ ਅਧਿਕਾਰੀਆਂ ਨੂੰ ਭੇਜਤੀਆਂ। ਅਤੇ ਅਸੀਂ ਇਹੀ ਆਸ ਕਰਦੇ ਹਾਂ ਸਰਕਾਰ ਵੱਲੋਂ ਅਤੇ ਉੱਚ ਅਧਿਕਾਰੀਆਂ ਵੱਲੋਂ ਵੀ ਉਹਨਾਂ ਨੂੰ ਜੋ ਵੀ ਲੋੜਵੰਦ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਾਹਤ ਦਿੱਤੀ ਜਾਵੇ, ਜੋ ਬਣਦੀ ਆ ਉਹਨਾਂ ਨੂੰ ਮਕਾਨ ਦੀ ਛੱਤ ਬਣਾਈ ਜਾਵੇ, ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਵੀ ਜੋ ਸਮਾਜ ਦੇ ਵਿੱਚ ਚੰਗੇ ਵਰਗ ਦੇ ਲੋਕ ਹੈਗੇ ਨੇ, ਮਦਦ ਕਰਦੇ ਨੇ ਗਰੀਬਾਂ ਦੀ, ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਕਾਂਗਰਸ ਬਲਾਕ ਸਮਿਤੀ ਦੇ ਮੈਂਬਰ ਮਾਸਟਰ ਦੇਵ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਦੀ ਹਾਲਤ ਬਹੁਤ ਖਰਾਬ ਹੈ। ਪਿੰਡ 'ਚ ਪਹਿਲਾਂ ਇੱਦਾਂ ਦੇ 5 ਪਰਿਵਾਰਾਂ ਲਈ 40,000 ਰੁਪਏ ਮਨਜ਼ੂਰ ਕੀਤੇ ਗਏ ਸੀ, ਪਰ ਉਸ ਅਧਿਕਾਰੀ ਦਾ ਤਬਾਦਲਾ ਹੋ ਗਿਆ। ਹੁਣ ਨਵੇਂ ਅਧਿਕਾਰੀ ਨੂੰ ਮਿਲ ਕੇ ਇਸ ਪਰਿਵਾਰ ਨੂੰ ਮਦਦ ਮੁਹੱਈਆ ਕਰਵਾਈ ਜਾਏਗੀ। ਜਰਗ ਪਿੰਡ ਦਾ ਇੱਕ ਮਾਮਲਾ, ਉਹਦਾ ਕੀ ਪ੍ਰੋਬਲਮ ਵੀ ਬੰਦੇ ਨੂੰ ਪੈਨਸ਼ਨ ਨਹੀਂ ਮਿਲੀ, ਨਾ ਉਹਦਾ ਮਕਾਨ ਬਣ ਰਿਹਾ, ਨਾ ਪੈਨਸ਼ਨ, ਨਾ ਉਹਦਾ ਡਿਸਬਿਲਟੀ ਦਾ ਕੋਈ ਸਰਟੀਫਿਕੇਟ ਅਜੇ ਤੱਕ ਬਣਿਆ ਹੈ। ਨਹੀਂ, ਉਹਦੇ ਅੰਦਰ ਅਸੀਂ, ਸਾਨੂੰ ਪਤਾ, ਸਾਡੇ ਧਿਆਨ ਵਿੱਚ ਆਇਆ ਅਤੇ ਨਾਲ ਦੇ ਨਾਲ ਅਸੀਂ CDPO ਨੂੰ ਔਨ ਡਿਊਟੀ ਲਾ ਦਿੱਤਾ ਹੋਇਆ ਅਤੇ ਨਾਲ ਦਿਆਂ BDPO ਨੂੰ ਵੀ ਵੈਰੀਫਾਈ ਕਿ ਇਹ ਕੀ ਹੈ PMAY ਜਿਹਦੇ ਅੰਦਰ ਕੁਆਲੀਫਾਈ ਕਰਦਾ ਹੈ। ਜੇਕਰ ਇਹ ਕੁਆਲੀਫਾਈ ਕਰਦਾ ਹੋਵੇਗਾ, ਨਾਲ ਦੇ ਨਾਲ ਲੋੜੀਂਦੀ ਕਾਰਵਾਈ ਕਰਕੇ ਜੋ ਵੀ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਅੰਦਰ ਬੈਨੀਫਿਟ ਦੇ ਦਿਆਂਗੇ ਅਸੀਂ। ਸਵੇਰਾ ਟਾਈਮਸ ਲਈ ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ। ਲੋਕਾਂ ਵਿੱਚ ਕੋਰੋਨਾ ਵਾਇਰਸ ਦਾ ਡਰ ਇਸ ਕਦਰ ਵੱਧ ਚੁੱਕਾ ਹੈ ਕਿ ਬਾਜ਼ਾਰਾਂ ਵਿੱਚੋਂ ਮਾਸਕ ਤੇ ਸੈਨੀਟਾਈਜ਼ਰ ਦਾ ਸਟਾਕ ਖਤਮ ਹੋ ਚੁੱਕਾ ਹੈ। ਕੀਮਤਾਂ ਵਧਣ ਕਾਰਨ ਕੈਮਿਸਟਾਂ ਵੱਲੋਂ ਹੋਰ ਸਟਾਕ ਵੀ ਨਹੀਂ ਮੰਗਵਾਇਆ ਜਾ ਰਿਹਾ। ਦੂਜੇ ਪਾਸੇ ਸਿਹਤ ਅਧਿਕਾਰੀਆਂ ਦਾ ਕਹਿਣਾ ਕਿ ਕੋਰੋਨਾ ਵਾਇਰਸ ਤੋਂ ਇਸ ਢੰਗ ਨਾਲ ਡਰਨ ਦੀ ਜ਼ਰੂਰਤ ਨਹੀਂ, ਹਰ ਵਿਅਕਤੀ ਨੂੰ ਮਾਸਕ ਪਹਿਨਣ ਦੀ ਵੀ ਜ਼ਰੂਰਤ ਨਹੀਂ ਹੈ।
ਪਠਾਨਕੋਟ 'ਚ ਮੈਡੀਕਲ ਸਟੋਰਾਂ 'ਤੇ ਮਾਸਕ ਅਤੇ ਸੈਨੀਟਾਈਜ਼ਰ ਖਤਮ ਹੋਣ ਦੀ ਕਗਾਰ 'ਤੇ ਹਨ। ਜ਼ਿਆਦਾਤਰ ਜੋ ਛੋਟੇ ਕੈਮਿਸਟ ਹਨ ਉਹਨਾਂ ਕੋਲ ਸੈਨੀਟਾਈਜ਼ਰ ਅਤੇ ਮਾਸਕ ਖਤਮ ਹੋ ਚੁੱਕੇ ਨੇ ਅਤੇ ਨਵੇਂ ਮਾਲ ਲਈ ਦਾਮ ਪਹਿਲੇ ਨਾਲੋਂ ਜ਼ਿਆਦਾ ਦੇਣੇ ਪੈ ਰਹੇ ਨੇ, ਜਿਸ ਕਰਕੇ ਉਹਨਾਂ ਨੇ ਮਾਸਕ ਅਤੇ ਸੈਨੀਟਾਈਜ਼ਰ ਮੰਗਵਾਉਣਾ ਬੰਦ ਕਰ ਦਿੱਤਾ। ਫਿਲਹਾਲ ਕੁਝ ਦੁਕਾਨਦਾਰਾਂ ਅਤੇ ਕੈਮਿਸਟਾਂ ਵੱਲੋਂ ਸੈਨੀਟਾਈਜ਼ਰ ਅਤੇ ਮਾਸਕ ਵਾਧੂ ਦਾਮਾਂ ਦੇ ਵਿੱਚ ਵੇਚੇ ਜਾ ਰਹੇ ਨੇ, ਜਿਸ ਕਰਕੇ ਸਿਹਤ ਵਿਭਾਗ ਵੱਲੋਂ ਇੱਕ ਟੀਮ ਵੀ ਬਣਾ ਦਿੱਤੀ ਗਈ ਹੈ। ਇਹ ਬਿਲਕੁਲ ਹੀ ਇੱਕ ਗਲਤ ਐਕਸਪਲੋਇਟੇਸ਼ਨ ਹੈਗੀ ਹੈ, ਜਿਹੜੇ ਕਿ ਨੈਸ਼ਨਲ ਇੰਟਰਸਟ ਦੇ ਵਿੱਚ ਵੀ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਕੱਲ੍ਹ ਹੀ ਸਾਡੀ ਡੀਸੀ ਸਰ ਨਾਲ ਇੱਕ ਲੰਬੀ ਚੌੜੀ ਸਾਰੇ ਡਿਪਾਰਟਮੈਂਟਸ ਦੀ ਮੀਟਿੰਗ ਸੀਗੀ, ਉਹਦੇ 'ਚ ਡੀਸੀ ਸਾਹਿਬ ਨੇ ਬੜੇ ਸਟ੍ਰਿਕਟ ਵਰਡਸ ਦੇ ਵਿੱਚ ਕਿਹਾ ਹੈ ਸਰ ਨੇ ਕਿ ਅਗਰ ਕੋਈ ਵੀ ਬੰਦਾ ਇਸ ਤਰ੍ਹਾਂ ਪਕੜਿਆ ਗਿਆ, ਕੋਈ ਵੀ ਕੈਮਿਸਟ ਇਸ ਤਰ੍ਹਾਂ ਜਾਂ ਕੋਈ ਵੀ ਬੰਦਾ ਇਸ ਤਰ੍ਹਾਂ ਨਜਾਇਜ਼ ਫਾਇਦਾ ਉਠਾਉਂਦਾ ਦੇਖਿਆ ਗਿਆ ਤਾਂ ਉਹਦੇ ਖਿਲਾਫ਼ ਬਹੁਤ ਜ਼ਿਆਦਾ ਸਖ਼ਤ ਹਦਾਇਤਾਂ ਐਕਸ਼ਨ ਲਿਖਤੇ ਜਾਣਗੇ। ਔਰ ਅਸੀਂ ਜਿਵੇਂ ਡਰੱਗ ਇੰਸਪੈਕਟਰ ਸਾਹਿਬ ਨੂੰ ਵੀ ਇਹ ਰਿਕੁਐਸਟ ਕੀਤੀ ਹੈ ਕਿ ਉਹ ਤੁਸੀਂ ਵੀ ਸਾਰੇ ਜਿਹੜੇ ਕੈਮਿਸਟ ਹੈ ਉਹਨਾਂ ਨੂੰ ਇਹ ਇੰਸਟਰਕਸ਼ਨਸ ਪਾਸ ਕਰੋ ਕਿ ਇਹੋ ਜਿਹਾ ਕੰਮ ਨਾ ਕਰਨ, ਔਰ ਪੈਨਿਕ ਹੋ ਕੇ ਵੈਸੇ ਲੋਕਾਂ ਨੂੰ ਬਾਏ ਵੀ ਨਹੀਂ ਕਰਨਾ ਚਾਹੀਦਾ। ਅਸੀਂ ਕੈਮਿਸਟ ਐਸੋਸੀਏਸ਼ਨ ਨੂੰ ਵੀ ਇਹ ਰਿਕੁਐਸਟ ਕੀਤੀ ਹੈ ਕਿ ਆਪਣੇ ਪਲੀਜ਼ ਆਪਣੇ ਜਿਹੜੇ ਵੀ ਮੈਂਬਰਸ ਹੈ ਉਹਨਾਂ ਨੂੰ ਕਹਿਣ ਕਿ ਇਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਜਿਹੜੀ ਹੈ ਬਹੁਤ ਗਲਤ ਗੱਲ ਹੈ। ਔਰ ਮੈਂ ਲੋਕਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਇਹ ਕੋਈ ਐਸੀ ਸਟੇਜ ਨਹੀਂ ਹੈਗੀ ਕਿ ਜਿਹੜੇ ਹਰ ਬੰਦੇ ਨੂੰ ਮਾਸਕ ਪਾਉਣ ਦੀ ਜ਼ਰੂਰਤ ਹੈ, ਜਿਸ ਨੂੰ ਕੋਈ ਖਾਂਸੀ ਜ਼ੁਕਾਮ ਹੈ ਉਹ ਪਾਏ ਜਾਂ ਕੋਈ ਬਿਮਾਰ ਹੈ ਤੇ, ਅਦਰਵਾਈਜ਼ ਪਾਉਣ ਦੀ ਜ਼ਰੂਰਤ ਨਹੀਂ ਹੈ। ਦੂਜੇ ਪਾਸੇ ਜਦੋਂ ਮੈਡੀਕਲ ਸਟੋਰ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਮਾਸਕ ਅਤੇ ਸੈਨੀਟਾਈਜ਼ਰ ਦਾ ਸਟਾਕ ਖਤਮ ਹੋ ਚੁੱਕਿਆ ਅਤੇ ਹੁਣ ਅਸੀਂ ਨਵਾਂ ਸਟਾਕ ਮੰਗਵਾਉਣ ਲਈ ਜਦੋਂ ਮਾਰਕੀਟ ਵਿੱਚ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਤੋਂ ਜ਼ਿਆਦਾ ਪੈਸੇ ਲੱਗਣਗੇ, ਜਿਸ ਕਾਰਨ ਅਸੀਂ ਸਟਾਕ ਨਹੀਂ ਮੰਗਵਾਇਆ। ਭਾਅ ਜੀ, ਮਾਸਕ ਦਾ ਤਾਂ ਇੱਦਾਂ ਕਿ ਅੱਜ ਕੱਲ੍ਹ ਬੜੀ ਸ਼ੋਰਟੇਜ ਚੱਲਦੀ ਪਈ ਹੈ, ਕੋਈ 15-20 ਜਣੇ ਤਾਂ ਤਕਰੀਬਨ ਅਸੀਂ ਮੋੜ ਹੀ ਦਿੰਦੇ ਰੋਜ਼, ਬਾਕੀ ਕੁਛ ਬਾਜ਼ਾਰੋਂ ਹੀ ਪੁੱਛ ਕੇ ਆਉਂਦੇ ਨੇ ਅਤੇ ਕਾਫੀ ਦਿਨ ਹੋ ਗਏ, ਵੈਸੇ 3-4 ਦਿਨ ਹੋ ਗਏ ਘੱਟ ਮਿਲਦੇ ਪਏ ਨੇ ਅਤੇ ਸ਼ੋਰਟੇਜ ਬਹੁਤ ਜ਼ਿਆਦਾ ਹੈ, ਡਿਮਾਂਡ ਬਹੁਤ ਜ਼ਿਆਦਾ ਹੈ, ਅਵੇਲੇਬਿਲਟੀ ਨਹੀਂ। ਔਰ ਕਿਉਂਕਿ ਜਿਸ ਤਰ੍ਹਾਂ ਕਿ ਹੁਣ ਕਈ ਜਗ੍ਹਾ 'ਤੇ ਆਪਾਂ ਪੁੱਛਿਆ ਕਿ ਕਹਿੰਦੇ ਖਤਮ ਹੋ ਗਏ ਆ, ਔਰ ਤੁਹਾਡੇ ਕੋਲ ਵੀ ਹੈਗੇ ਆ ਜਾਂ ਨਹੀਂ? ਜੇ ਨਹੀਂ ਹੈਗੇ ਤਾਂ ਜੇ ਤੁਸੀਂ ਮਾਰਕੀਟ 'ਚ ਤੁਹਾਨੂੰ ਮਿਲ ਰਹੇ ਆ, ਆ ਰਹੇ ਬਾਹਰੋਂ ਸਟਾਕ? ਨਹੀਂ ਨਹੀਂ ਭਾਅ ਜੀ, ਖਤਮ ਹੋ ਗਏ ਨੇ, ਅਤੇ ਸੈਨੀਟਾਈਜ਼ ਖਤਮ ਹੋ ਗਏ ਨੇ, ਮੈਂ ਬਾਜ਼ਾਰ ਵੀ ਗਿਆ ਸੀਗਾ, ਹੈ ਨਹੀਂ ਕਦੇ ਕਿਸੇ ਕੋਲ ਅਵੇਲੇਬਿਲਟੀ ਹੈ ਨਹੀਂਗੀ। ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਅਸਰ ਪੂਰੇ ਵਿਸ਼ਵ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਜਿਸ ਨੂੰ ਲੈ ਕੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਉੱਪਰ ਸਿਹਤ ਵਿਭਾਗ ਦੀ ਪੈਨੀ ਨਜ਼ਰ ਹੈ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ। ਸਵੇਰਾ ਟਾਈਮਸ ਲਈ ਭੋਆ ਤੋਂ ਰਜੀਵ ਥਾਪਾ ਦੀ ਰਿਪੋਰਟ। ਤੇ ਸਨ ਹੁਣ ਤੱਕ ਦੀਆਂ ਖ਼ਬਰਾਂ, ਮੈਨੂੰ ਹਰਮਨ ਨੂੰ ਦਿਓ ਇਜਾਜ਼ਤ, ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।